ਆ ਯਾਰ ਮੇਰੇ ਸਾਲੇ ਤੇ ਕਿੱਥੇ ਲਾ ਰੱਖੇ ਨੇ ਸੈਟੇਲਾਈਟ ਜੇ ਇਹਨਾਂ ਨੇ ਜਮਾ ਅੱਜ ਤਾਂ ਬਾਹਲੇ ਪਰਦੇ ਨਾਲ ਅੱਗ ਲਾਈ ਸੀ ਪਤਾ ਨੀ ਕਿੱਥੋਂ ਆ ਗਏ ਉਹ ਗੱਡੀਆਂ ਜਿਹਾ ਲੈ ਕੇ ਆ ਕੇ ਬਾਬਾ ਤੇਰੇ ਤੇ ਤਾਂ ਪਰਾਲੀ ਫੂਕਣ ਦਾ ਪਰਚਾ ਹੋ ਗਈ ਮੈਂ ਕਿਹਾ ਭਾਈ ਕੋਈ ਗੱਲ ਨੀ ਹੁਣ ਕਰ ਦੋ ਮੈਂ ਕਿਹਾ ਪਹਿਲਾਂ ਤੁਸੀਂ ਸਿਰ ਰੋਟੀ ਖਾ ਲਓ ਜਵਾਕਾਂ ਵਰਗੇ ਹੋ ਸਾਰਾ ਦਿਨ ਕੁੱਤਿਆਂ ਵਾਂਗੂ ਭੌਂਕਦੇ ਫਿਰਦੇ ਹੋਵੋਗੇ ਭੁੱਖ ਲੱਗੀ ਹੋਊਗੀ ਆ ਕੇ ਨਹੀਂ ਨਹੀਂ ਸਾਡੀ ਤਾਂ ਸਿਟਿੰਗ ਜੋਬ ਅਸੀਂ ਤਾਂ ਲਾਈਟ ਜਿਹਾ ਖਾਣਾ ਖਾ ਕੇ ਆਏ ਹਾਂ ਆਪਦਾ ਮੈਂ ਕਿਹਾ ਕਿਹੋ ਜਿਹਾ ਖਾਇਆ ਓਏ ਅਖੇ ਚੌਲ ਖਾ ਕੇ ਆਏ ਆ ਮੈਂ ਕਿਹਾ ਫਿਰ ਸ਼ਰਮ ਤਾਂ ਨਹੀਂ ਆਉਂਦੀ ਪਰਾਲੀ ਵਾਲਿਆਂ ਤੇ ਪਰਚਾ ਕਰਦਿਆਂ ਨੂੰ ਮੈਂ ਕਿਹਾ ਚੌਲ ਤੁਹਾਡੇ ਦਫ਼ਤਰਾਂ 'ਚ ਹੁੰਦੇ ਨੇ ਇੱਥੇ ਹੁੰਦੇ ਨੇ ਭਾਈ ਅਖੇ ਸਾਨੂੰ ਤਾਂ ਜੀ ਸਰਕਾਰਾਂ ਦੇ ਹੁਕਮ ਨੇ ਮੈਂ ਕਿਹਾ ਜਦ ਸਰਕਾਰਾਂ ਨੇ ਤਾਂ ਮੇਰੇ ਸਾਲੀ ਦੀ ਬਾਜੀ ਪੱਟੀ ਮੇਸ ਕਰਤੀ ਅਖੇ ਬਾਬਾ ਕਿਉਂ ਅਨਪੜ੍ਹ ਗੱਲਾਂ ਕਰਦਾ ਹਰੇਕ ਥਾਂ ਤੇ ਸਰਕਾਰਾਂ ਨੂੰ ਕਿਹੜੀ ਸਲੈਂਦੇ ਹੋ ਤੇਰੀ ਸਾਲੀ ਦੇ ਵਿਆਹ ਨਾਲ ਸਰਕਾਰਾਂ ਦਾ ਕੀ ਲਿੰਕ ਆ ਮੈਂ ਕਿਹਾ ਹੈ ਕਿਉਂ ਨੀ ਭਾਈ ਮੈਂ ਕਿਹਾ ਮੈਂ ਸੌਰੀ ਵਿਆਹ ਗਿਆ ਸੀ ਡੀਜੇ ਵਾਲੇ ਨੇ ਮੇਰੇ ਕੰਨੀ ਦੇਖ ਕੇ ਆ ਗਾਣਾ ਚਲਾਤਾ ਵੀ ਪਰਉਣਾ ਤੁਰਿਆ ਆਉਂਦਾ ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ 'ਚ ਬਥੇਰੇ ਮੈਂ ਕਿਹਾ ਮੇਰੇ ਤਾਂ ਦਿਮਾਗ 'ਚ ਉਹਦੀ ਗੱਲ ਵੱਜੀ ਵੀ ਮੇਰੇ ਸਾਲੇ ਦਾ ਝੋਨਾ ਸਿੱਟਣ ਨੂੰ ਤਾਂ 20 ਦਿਨ ਹੋ ਗਏ ਉਹ ਮੰਡੀ 'ਚ ਵੀ ਦਿਵਾਨੀ ਮੇਰੇ ਅਕਾਊਂਟ 'ਚ ਨਹੀਂ ਪਈ ਮੈਂ ਕਿਹਾ ਮੈਂ ਸਾਲੀ ਤੋਂ ਕੀ ਭਰਦਾ ਹੁਣ ਉਹ ਮਖਿਆ ਵਿਚਾਰੀ ਅੱਧਾ ਘੰਟਾ ਨੱਚ ਨੱਚ ਕੇ ਥੱਕ ਗਈ ਉਹ ਲੱਕ ਟੁੱਟਣ ਵਾਲਾ ਹੋ ਗਿਆ ਮੇਰੇ ਤੋਂ 10 ਰੁਪਏ ਨਹੀਂ ਬਾਰੇਗੇ ਮੈਨੂੰ ਹਾਰ ਕੇ ਮਿਹਣਾ ਮਾਰ ਕੇ ਬਾਗੀ ਕਹਿੰਦੀ ਜੀਜਾ ਤਾਂ ਕੰਜੂਸ ਆ ਮਖਿਆ ਮੇਰੀ ਬੇਇੱਜ਼ਤੀ ਕਰਾਈ ਕਿ ਨਾ ਸਰਕਾਰਾਂ ਨੇ ਅਖੇ ਨਹੀਂ ਬਾਬਾ ਸਾਨੂੰ ਤਾਂ ਲੋਕੇਸ਼ਨ ਆ ਜਾਂਦੀ ਇਸ ਤਾਂ ਮਖਿਆ ਜਦੋਂ ਸਾਡੇ ਜੱਟਾਂ ਦੀ ਖੜੀ ਕਣਕ ਦੇ 100-150 ਕਿੱਲੇ ਮੱਚ ਜਾਂਦੇ ਨੇ ਓਏ ਮਖਿਆ ਉਦੋਂ ਸੈਟੇਲਾਈਟ ਤੇ ਕਿਹੜੇ ਦੌੜੇ ਪਾ ਦਿੰਦੇ ਹੋ ਬਈ ਉਦੋਂ ਕਿਹਨੂੰ ਲੋਕੇਸ਼ਨ ਆਉਂਦੀਆਂ ਤੁਹਾਡੇ ਕੋਲ ਉਦੋਂ ਮਖਿਆ ਅਸੀਂ ਫੋਨ ਤੇ ਫੋਨ ਕਰੀ ਜਾਂਦੇ ਹਾਂ ਵੀ ਭਾਈ ਫਾਇਰ ਬ੍ਰਿਗੇਡ ਨੂੰ ਭੇਜ ਦਿਓ ਉਦੋਂ ਮੈਂ ਕਿਹਾ ਕੋਈ ਭੇਜਦਾ ਨੀ ਮੈਨੂੰ ਇੱਕ ਗੱਲ ਹੋਰ ਦੱਸੋ ਭਾਈ ਮੈਂ ਕਿਹਾ ਜੇ ਤੁਹਾਡੇ ਦਫ਼ਤਰਾਂ 'ਚ ਅਸੀਂ ਕੰਮ ਧੰਦੇ ਆ ਜਾਈਏ ਮੈਂ ਕਿਹਾ ਬਾਹਰ ਟੋਪੀ ਜੀ ਵਾਲਾ ਕਹਿ ਦਿੰਦਾ ਕਿ ਸਾਹਿਬ ਛੁੱਟੀ ਤੇ ਨੇ ਹੁਣ ਮੈਂ ਕਿਹਾ ਮਹੀਨਾ ਹੋ ਗਿਆ ਹੁਣ ਕੋਈ ਸਾਹਿਬ ਮੈਂ ਕਿਹਾ ਛੁੱਟੀ ਤੇ ਨਹੀਂ ਰਹਿੰਦਾ ਹੁਣ ਮੈਂ ਕਿਹਾ ਤੁਸੀਂ ਕੀ ਦੇ ਨਹੀਂ ਮੈਂ ਕਿਹਾ ਖੇਤਾਂ 'ਚ ਤੁਰੇ ਫਿਰਦੇ ਹੋ ਕੀ ਗੱਲ ਮੈਂ ਕਿਹਾ ਸਾਡੇ ਨਾਲ ਕੋਈ ਬਾਹਰ ਬਰੋਤਾ ਤੁਹਾਡੀ ਕਹਿੰਦੇ ਨਹੀਂ ਅੱਗੇ ਸਾਨੂੰ ਤਾਂ ਸੈਟੇਲਾਈਟ ਰਾਹੀਂ ਲੋਕੇਸ਼ਨ ਭੇਜ ਦਿੰਦੇ ਨੇ ਆ ਮੰਡੀਆਂ 'ਚ ਮੈਂ ਕਿਹਾ ਜਿਹੜਾ ਝੋਨਾ ਪਿਆ ਇੰਨਾ ਕੰਨੀ ਸੈਟੇਲਾਈਟ ਕਿਉਂ ਨਹੀਂ ਦੇਖਦਾ ਮੈਂ ਕਿਹਾ ਕੱਲੇ ਲਾਲ ਕੇ ਖੇਤ ਕੰਨੀ ਸੈਟੇਲਾਈਟ ਲਾ ਰੱਖਿਆ ਤੁਸੀਂ ਉਦੋਂ ਬਣਾਈ ਜਾਂਦੇ ਹੋ ਮੱਖ ਸੜਕਾਂ ਤੇ ਜਦੋਂ ਕਿਸਾਨ ਆਲੂ ਸਿੱਟ ਦਿੰਦੇ ਨੇ ਉਦੋਂ ਸੈਟੇਲਾਈਟ ਤੇ ਦੌੜੇ ਪਾ ਦਿੰਦੇ ਹੋ ਮੱਖਿਆ ਸੈਟੇਲਾਈਟ ਕਿਸਾਨਾਂ ਵਾਸਤੇ ਲਾਏ ਨੇ ਹਾਂ ਸੈਟੇਲਾਈਟ ਕੋਈ ਖੋਜ ਵੀ ਕਰ ਲਓ ਮੇਰੇ ਸਾਲਿਓ ਦੂਜੀ ਮੈਂ ਕਿਹਾ ਚੱਲ ਮੈਂ ਮੰਨਦਾ ਮੈਂ ਕਿਹਾ ਚੱਲ ਕੋਈ ਗੱਲ ਨੀ ਸਿਹਰਾ ਮੈਂ ਮੰਨਦਾ ਵੀ ਪਰਾਲੀ ਨਾਲ ਧੂੰਆਂ ਹੁੰਦਾ ਆ ਦੀਵਾਲੀ ਤੇ ਮੈਂ ਕਿਹਾ ਜਿਹੜੇ ਪਟਾਕੇ ਚਲਾਉਣੇ ਹੋਏ ਕਿਹੜਾ ਭਾਈ ਗੁਲਾਬ ਜਲ ਛਿੜਕਦੇ ਨੇ ਇਹ ਵੀ ਤਾਂ ਧੂੰਆਂ ਹੀ ਕਰਦੇ ਨੇ ਕੋਲੇ ਖੜਾ ਮੇਰਾ ਪੋਤਾ ਬੋਲਦਾ ਆ ਕੇ ਦਾਦਾ ਫਿਕਰ ਨਾ ਕਰ ਜਿੱਦੇ ਆ ਪਟਾਕੇ ਜੇ ਕਹਿੰਦਾ ਕਿਸਾਨਾਂ ਦੇ ਖੇਤਾਂ 'ਚ ਹੋਣ ਲੱਗ ਗਏ ਨਾ ਉਦੇ ਕਹਿੰਦਾ ਦੀਵਾਲੀ ਵੀ ਪ੍ਰਦੂਸ਼ਣ ਕਰਨ ਲੱਗ ਜੂ ਮੈਂ ਕਿਹਾ ਕੀਤੀ ਆ ਉਹ 1 ਲੱਖ ਰੁਪਏ ਦੀ ਗੱਲ ਮੇਰੇ ਪੋਤੇ ਨੇ ਚਾਹੇ 5ਵੀਂ 'ਚ ਪੜ੍ਹਦਾ ਦੱਸੋ ਭਾਈ ਮੈਂ ਕਿਹਾ ਸੈਟੇਲਾਈਟ ਮੈਂ ਕਿਹਾ ਕੱਲੇ ਸਾਡੇ ਸਿਰ ਤੀ ਤਾਂ ਰੱਖੇ ਨੇ ਤੁਸੀਂ ਉਹ ਵੀ ਕੱਲੇ ਪਰਾਲੀ ਵਾਲੇ ਸੀਜ਼ਨ 'ਚ ਕਣਕਾਂ ਵੇਲੇ ਤੁਸੀਂ ਉਹਨੂੰ ਮੈਨੂੰ ਲੱਗਦਾ ਪੇਟੀਆਂ 'ਚ ਸਾਂਭ ਦਿੰਦੇ ਹੋਵੋਗੇ ਉਹਦੇ ਵੀ ਲਾ ਦਿਆ ਕਰੋ ਵੀ ਆਹ ਫਲਾਣੇ ਕਿਸਾਨ ਦੀ ਕਣਕ ਮੱਚ ਗਈ ਹੁਣ ਮੈਂ ਕਿਹਾ ਰੈੱਡ ਲਾਈਨ 'ਚ ਪਾ ਦਿੰਦੇ ਸਾਰੇ ਖੇਤ ਮੈਂ ਕਿਹਾ ਉਦੇ ਤੁਹਾਡੀ ਰੈੱਡ ਲਾਈਨ ਕਿੱਧਰ ਜਾਂਦੀ ਆ ਬਈ ਜਿਹੜੇ ਆ ਸਰਕਾਰਾਂ ਨੇ ਵੱਡੇ ਵੱਡੇ ਪੋਰਟ ਲਾਏ ਨੇ ਬਈ 43 ਸਰਕਾਰੀ ਸਮਾਵਾਂ ਤੁਹਾਡੇ ਦੁਆਰ ਇਹ ਮੈਂ ਕਿਹਾ ਤੁਸੀਂ ਹੋ ਓਏ ਇਹੀ ਸਭਾਵਾਂ ਮੈਂ ਕਿਹਾ ਸਾਡੇ ਦੁਆਰ ਤੇ ਭੇਜਣੇ ਅਸੀਂ ਸਾਨੂੰ ਲੋੜ ਨਹੀਂ ਪਈ ਅਸੀਂ ਮੈਂ ਕਿਹਾ ਦਫ਼ਤਰਾਂ 'ਚ ਆ ਕੇ ਕੰਮ ਕਰਾ ਲਾਂਗੇ ਐਡੀ ਮੈਂ ਕਿਹਾ ਸੇਵਾ ਦੀ ਲੋੜ ਨਹੀਂ ਸਾਨੂੰ ਅੱਗ ਉੱਗ ਲਾ ਲੈਣ ਦਿਓ ਅਸੀਂ ਕਣਕ ਬੀਜਣੀ ਆ ਤੇ ਮੈਂ ਕਿਹਾ ਜੇ ਅਸੀਂ ਉਹੀ ਬੁਰੇ ਲੱਗਦੇ ਹਾਂ ਭਾਈ ਮੈਂ ਕਿਹਾ ਸਾਡੇ ਗੋਲੀਆਂ ਮਾਰ ਦਿਓ ਇੱਕ ਪਿੱਛੇ ਬੋਲਦਾ ਕਹਿੰਦਾ ਕੋਈ ਗੱਲ ਨਹੀਂ ਜਿੱਦੇ ਗੋਲੀਆਂ ਮਾਰੀਆਂ ਹੋਏ ਗੋਲੀਆਂ ਵੀ ਮਾਰ ਜਾਂਗੇ ਮੈਂ ਕਿਹਾ ਫਿਰ ਤੂੰ ਪਰਚਾ ਕਰ ਓਏ ਘਰ ਪਰਚਾ ਮੈਂ ਕਿਹਾ ਕਿਹੜਾ ਕਰਦਾ ਮੈਂ ਕਿਹਾ ਮੈਂ ਲਾਉਣਾ ਕਿਸਾਨ ਯੂਨੀਅਨ ਵਾਲੇ ਤੁਹਾਡੇ ਦਫ਼ਤਰਾਂ 'ਚ ਫੜੋ ਮਰੀ ਜਾਂਦੇ ਨੇ ਮੱਖਿਆ
ਜੇ ਅਸੀਂ ਸੜਕਾਂ ਤੇ ਧਰਨਾ ਲਾਇਆ ਸੀ ਉਹ ਗੱਲ ਵੀ ਹੁਣ ਸੁਣ ਕੇ ਜਾਇਓ। ਐ ਨੀ ਸ਼ਰਤਾਂ ਮਤ। ਅੱਜ ਸਵੇਰੇ ਜਦੋਂ ਹਾਈਵੇ ਜਾ ਕਰਤਾ ਨਾ ਜਾਮ ਪੱਤਰਕਾਰ ਜੇ ਲੈ ਲੈ ਮੈਂ ਕਿ ਸਾਜਕ ਨੀ ਹੋ ਗਿਆ ਕਿ ਤੁਸੀਂ ਆਮ ਪਬਲਿਕ ਨੂੰ ਕਿਉਂ ਹੈਰਾਨ ਕਰਦੇ ਹੋ। ਇੱਕ ਰਿਪੋਰਟਰ ਮੈਡਮ ਜੀ ਨੇ ਮੇਰੇ ਕੱਲੀ ਕਰਤਾ, ਮੈਂ ਕਹਿੰਦੀ ਦੱਸੋ ਬਾਬਾ ਜੀ ਕਿਉਂ ਹੈਰਾਨ ਕਰਦੇ ਹੋ, ਮੈਂ ਤਾਂ ਉਹਦੀ ਮਾਰੀ ਭੂਰੇ ਦੀ ਪੱਖੀ ਚ ਕੂਣੀ। ਮੈਂ ਕਿਹਾ ਮੈਂ ਤੈਨੂੰ ਕਿਹਾ ਹੋਇਆ ਪੂਰਾ? ਕਹਿੰਦਾ ਤਾਂ ਮੈਨੂੰ ਤਾਂ ਕੁਛ ਨੀ ਕਿਹਾ। ਪ੍ਰੈਸ ਰਿਪੋਰਟਰ ਮੈਡਮ ਬੋਲਦੀ ਕਹਿੰਦੀ ਮੈਂ ਭੂਰੇ ਵਰਗਿਆਂ ਦੀ ਗੱਲ ਨੀ ਕਰਦੀ, ਕਹਿੰਦੀ ਆਹ ਜਿਹੜੀ 1.5 ਕਿਲੋਮੀਟਰ ਲੰਮੀ ਗੱਡੀਆਂ ਦੀ ਲਾਈਨ ਲੱਗੀ ਇਹਨਾਂ ਦੀ ਗੱਲ ਕਰਦੀ ਆ ਜਿਹੜਾ ਜਾਮ ਲਾਤਾ। ਅੱਛਾ ਮੈਂ ਕਿਹਾ ਭਾਈ ਤੈਨੂੰ ਗੱਡੀਆਂ ਚ ਬੈਠਣ ਵਾਲੇ ਆਮ ਲੱਗਦੇ ਆ ਤੇ ਦਰੀਆਂ ਤੇ ਬੈਠਣ ਵਾਲੇ ਖਾਸ ਲੱਗਦੇ। ਮੈਂ ਕਿਹਾ ਹੈਗੇ ਕੌਣ ਨੇ ਗੱਡੀਆਂ ਵਾਲੇ? ਕਹਿੰਦੀ ਕੋਈ ਤਾਂ ਜੋਬ ਵਾਲਾ ਬਾਬਾ, ਕੋਈ ਬਿਜ਼ਨਸ ਮੈਨ ਆ, ਕੋਈ ਡਾਕਟਰ ਆ। ਮੈਂ ਕਿਹਾ ਭਾਈ ਗੁੱਡੀ ਫਿਰ ਆ ਜੋਬ ਵਾਲਿਆਂ ਨੂੰ ਐ ਪੁੱਛ ਵੀ ਜਦੋਂ ਚੜੇ ਮਹੀਨੇ ਤੁਹਾਡੀ ਤਨਖਾਹ ਪੈਂਦੀ ਆ ਕਦੇ ਮੋਇਸਚਰ ਤਾਂ ਨੀ ਚੈੱਕ ਹੋਇਆ? ਕਹਿੰਦੀ ਨਾ ਬਾਬਾ। ਤਾਂ ਫਿਰ ਆ ਭਾਈ ਡਾਕਟਰ ਡਾਕਟਰਾਂ ਨੂੰ ਵੀ ਐ ਪੁੱਛ ਵੀ ਜਦੋਂ ਪਰਚੀ ਤੇ ਦਵਾਈ ਲਿਖਦੇ ਹੋ ਕਦੇ ਸੈਲਰ ਵਾਲੇ ਨੇ ਕੱਟ ਤਾਂ ਨੀ ਕੱਟੀ? ਕਹਿੰਦੀ ਨਾ ਬਾਬਾ। ਮੈਂ ਕਿਹਾ ਜਦੋਂ ਤੁਸੀਂ ਆ ਚੈਨਲ ਵਾਲੀ ਯੂਟਿਊਬ ਤੇ ਵੀਡੀਓ ਪਾਉਣੇ ਹੋ ਕਦੇ ਮੰਡੀ ਚ ਤਾਂ ਨੀ ਰੁਲੀ? ਕਹਿੰਦੀ ਨਾ ਬਾਬਾ। ਮੈਂ ਕਿਹਾ ਜਦੋਂ ਤੁਹਾਡੇ ਸਾਰਿਆਂ ਨਾਲ ਕੁੱਤਖਾਨਾ ਹੋਣ ਲੱਗ ਗਿਆ ਨਾ, ਅਸੀਂ ਤਾਂ ਸੜਕਾਂ ਤੇ ਬੈਠੀ ਆ, ਤੁਸੀਂ ਮੈਂ ਕਿਹਾ ਲਿਟੋਗੇ? ਮਾੜਾ ਮੋਟਾ ਭਾਈ ਅਕਲ ਨੂੰ ਹੱਥ ਮਾਰੋ, ਤੁਹਾਨੂੰ ਆਮ ਖਾਸ ਦੀ ਪਰਖ ਨੀ ਹੈਗੀ। ਜਿਹੜੇ ਬੰਦੇ ਦੀ ਮੈਂ ਕਿਹਾ 200 ਰੁਪਏ ਕਾਟ ਕੱਟੇ ਤੋਂ ਚੰਗਿਆੜ ਨਿਕਲ ਜੇ ਉਹ ਤੁਹਾਨੂੰ ਖਾਸ ਲੱਗਦਾ, ਉਹ ਵੀ ਆਮ ਹੀ ਆ ਨਾ ਭਾਈ।